ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ YouTube ਚੈਨਲ ਅੱਜ ਫਿਰ ਤੋਂ ਇੱਕ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਐਡਮਿਸ਼ਨ ਫਾਰ VSC ਐਂਡ V ਫਾਰਮੇਸੀ ਪੰਜਾਬ ਯੂਨੀਵਰਸਿਟੀ PU ਸੈਟ ਦੇ ਅੰਦਰ ਜਿਹੜੀ ਹੁੰਦੀ ਆ ਉਸ ਦੇ ਰਿਗਾਰਡਿੰਗ ਆ ਹਾਊ ਟੂ ਜੁਆਇਨ ਫੇਸ ਟੂ ਫੇਸ ਕਾਉਂਸਲਿੰਗ ਤਾਂ ਅੱਜ ਜਿਹੜੀ ਕਿ ਫੇਸ ਟੂ ਫੇਸ ਕਾਉਂਸਲਿੰਗ ਹੋਣੀ ਆ ਉਹ ਕਿਵੇਂ ਜੁਆਇਨ ਕਰਨੀ ਆ ਥਰੂ BIVEX ਐਪਲੀਕੇਸ਼ਨ ਦੇ थ्रू ਜਾਂ ਐਪ ਦੇ थ्रू ਤਾਂ ਉਹ ساری ਪਾ ਡਿਟੇਲ ਇਸ ਦੇ ਵਿੱਚ ਡਿਸਕਸ ਕਰਾਂਗੇ ਜਿੰਨੇ ਵੀ ਸਟੂਡੈਂਟਸ ਜੁਆਇਨ ਕਰਨਾ ਚਾਹੁੰਦੇ ਨੇ ਕਾਉਂਸਲਿੰਗ ਉਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਡਿਟੇਲ ਦੱਸੀ ਜਾਵੇਗੀ ਤੁਸੀਂ ਕੀ ਫਿਲ ਕਰਨਾ ਹੈ ਕਿਵੇਂ ਤੁਸੀਂ ਜੁਆਇਨ ਕਰ ਸਕਦੇ ਹੋ ਆਪਣੀ ਆਨਲਾਈਨ ਕਾਉਂਸਲਿੰਗ ਫੇਸ ਟੂ ਫੇਸ ਵਾਲੀ ਕਾਉਂਸਲਿੰਗ ਕਿਵੇਂ ਅਟੈਂਡ ਕਰ ਸਕਦੇ ਹੋ ਪੀਯੂ ਸੈਟ ਯੂਜ਼ੀ 2021 ਦੀ ਕਾਉਂਸਲਿੰਗ ਜਿਹੜੀ ਹੋ ਰਹੀ ਹੈ ਅੱਜ ਦੇ ਦਿਨ ਜਿਹੜੀ ਕਿ 1 ਨਵੰਬਰ 2 ਨਵੰਬਰ ਤੱਕ ਚੱਲੇਗੀ ਸਾਰੀ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਣਾ ਨਾ ਭੁੱਲਣਾ ਲਓ ਜੀ ਵੀਡੀਓ ਕਰਦੇ ਹਾਂ ਸਟਾਰਟ ਤੇ ਵੀਡੀਓ ਸਟਾਰਟ ਕਰਨ ਆਪਣੇ ਫੋਨ ਦੇ ਥਰੂ ਤੁਸੀਂ ਆਪਣਾ ਫੋਨ ਉੱਪਰ ਕਰ ਲੈਣਾ ਉਹਦੇ ਵਿੱਚ ਪਲੇ ਸਟੋਰ ਓਪਨ ਕਰਨਾ ਉਸ ਦੇ ਵਿੱਚ ਤੁਸੀਂ ਵੀਵੈਕਸ ਵੈਬ ਵੈਕਸ ਤੁਸੀਂ ਫਿਲ ਕਰ ਦੇਣਾ ਅਮ ਬੈਕ ਸਟੇ ਤੁਸੀਂ ਕਲਿੱਕ ਕਰ ਦੇਉਗੇ ਇਸ ਤਰ੍ਹਾਂ ਉਹ ਆਪਣੇ ਕੋਲ ਐਪਲੀਕੇਸ਼ਨ ਆ ਜਾਵੇਗਾ ਇਸ ਨੂੰ ਤੁਸੀਂ ਇੰਸਟਾਲ ਕਰ ਲਿਓ ਆਪਣੇ ਫੋਨ ਦੇ ਦੇ ਵਿੱਚ ਜਾਂ ਫਿਰ ਤੁਸੀਂ ਪੀਸੀ ਤੇ ਵੀ ਜਾ ਸਕਦੇ ਹੋ ਜਾਂ ਫਿਰ ਆਪਣੇ ਲੈਪਟਾਪ ਦੇ ਥਰੂ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਆਪਣੀ ਕਲਾਸ ਇਸ ਤੋਂ ਬਾਅਦ ਇਹ ਡਾਊਨਲੋਡ ਹੋਵੇਗਾ ਇਹ ਵੀ ਤੁਹਾਨੂੰ ਪ੍ਰੋਪਰ ਡੀਟੇਲ ਦੱਸੇਗੀ ਤੁਸੀਂ ਕੀ ਫਿਲ ਕਰਨਾ ਬਹੁਤ ਕੇਅਰਫੁਲੀ ਤਰੀਕੇ ਦੇ ਨਾਲ ਤੁਸੀਂ ਜਿਹੜੀ ਮੀਟਿੰਗ ਅਟੈਂਡ ਕਰਨੀ ਆ ਤੁਸੀਂ ਮੈ ਕੈਮਰਾ ਜਾਂ ਮਾਈਕ ਕਦੋਂ ਓਪਨ ਕਰਨਾ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਅਨਮਿਊਟ ਕਦੋਂ ਕਰਨਾ ਹੈ ਮਿਊਟ ਕਦੋਂ ਕਰਨਾ ਹੈ ਇਹ ਜਦੋਂ ਡਾਊਨਲੋਡ ਹੋ ਚੁੱਕਿਆ ਹੈ ਤਾਂ ਇਹਦੀ ਰਜਿਸਟ੍ਰੇਸ਼ਨ ਕਰਕੇ ਜਾਂ ਫਿਰ ਤੁਸੀਂ ਡਾਇਰੈਕਟ ਵੀ ਆਪਣੀ ਮੀਟਿੰਗ ਅਟੈਂਡ ਕਰ ਸਕਦੇ ਹੋ ਲਓ ਜੀ ਹੋ ਗਿਆ ਡਾਊਨਲੋਡ ਤੇ ਇਹਨੂੰ ਕਰਦੇ ਆ ਓਪਨ ਆਪਾਂ ਤੇ ਓਪਨ ਕਰਨ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਆਵੇਗਾ ਇਸ ਨੂੰ ਓਪਨ ਕਰਾਂਗੇ ਐਕਸੈਪਟ ਕਰ ਲੈਣਾ ਨੋਟ ਅਸੈਪਟ ਨਹੀਂ ਕਰਨਾ ਅਸੈਪਟ ਕਰ ਲਓ ਕਿ ਜਿੰਨੀ ਵੀ ਰਿਚ ਇਨਕੁਆਰੀਆਂ ਹੋਣੀਆਂ ਅਲਾਓ ਅਲਾਓ ਸਾਰੇ ਕੁਝ ਜੋ ਵੀ ਪੁੱਛਣਗੇ ਅਲਾਓ ਕਰ ਦਿਓ ਕਿਉਂਕਿ ਸਾਰਾ ਕੁਝ ਇਹਨਾਂ ਦੀ ਮਾਈਕਰੋ ਲੋਕੇਸ਼ਨ ਸਾਰਾ ਕੁਝ ਪੁੱਛਿਆ ਉਸ ਤੋਂ ਬਾਅਦ ਤੁਸੀਂ ਇੱਥੇ ਦੋ ਪਛਣੇ ਸਾਈਨ ਇਨ ਕਰ ਸਕਦੇ ਹੋ ਜੁਆਇਨ ਮੀਟਿੰਗ ਕਰ ਸਕਦੇ ਹੋ ਤੁਸੀਂ ਅਗਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਬਟ ਤੁਸੀਂ ਜੁਆਇਨ ਮੀਟਿੰਗ ਕਰ ਦਿਨਾ ਇੱਥੇ ਮੀਟਿੰਗ ਤੇ ਕਰੋਗੇ ਆਪਣੀ ਜਿਹੜੀ ਕਿ ਮੀਟਿੰਗ ਨੰਬਰ ਫਰਸਟ ਮੈਥਡ ਆ ਇੱਥੇ ਮੈਥਡ ਜਿਹੜਾ ਕਿ ਤੁਹਾਨੂੰ ਮੀਟਿੰਗ ਕੋਡ ਮਿਲੇਗਾ ਉਹ ਫਿਲ ਕਰਦੇ ਹੋ ਆਪਣਾ ਨੇਮ ਜਿਹੜਾ ਮੈਂਸ਼ਨ ਕਰਦੇ ਹੋ ਉਸ ਤੋਂ ਬਾਅਦ ਜੀਮੇਲ ਇੱਥੇ ਆਪਣਾ ਨੰਬਰ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦੇ ਆਪਣੇ ਕਿਤੇ ਵੀ ਤੁਹਾਨੂੰ ਜੀਮੇਲ ਆਈ ਹੋਣੀ ਹੈ ਜਾਂ ਵਟਸਐਪ ਆਈ ਹੋਣੀ ਹੈ ਜਾਂ ਫਿਰ ਤੁਹਾਨੂੰ ਮੈਸੇਜ ਆਇਆ ਹੋਣਾ ਉਸ ਦਾ ਬੀਬੈਕਸ ਡਬਲ ਬੈਕਸ ਤੇ ਇਹ ਹੀ ਨੰਬਰ ਆ ਤੁਸੀਂ ਇਹ ਨੰਬਰ ਫਿਲ ਕਰਨਾ ਜਿਹੜਾ نیچے ਆ ਰਿਹਾ ਹੈ ਇਹ ਹੀ ਤੁਸੀਂ ਇਹਦੇ ਵਿੱਚ ਫਿਲ ਕਰਨਾ ਹੈ ਜਿਹੜੀ ਕਿ ਮੀਟਿੰਗ ਕੋਡ ਦੇ ਵਿੱਚ ਜਾਂ ਮੀਟਿੰਗ ਨੰਬਰ ਦੇ ਵਿੱਚ ਉਸ ਤੋਂ ਬਾਅਦ ਨੇਮ ਦੇਣਾ ਜਿੰਨੇ ਵੀ ਸਟੂਡੈਂਟ ਨਾ ਬਹੁਤ ਕੇਅਰਫੁਲੀ ਤਰੀਕੇ ਨਾਲ ਦੇਣਾ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਜਿਵੇਂ ਇਸ ਤਰ੍ਹਾਂ ਦਾ ਕੋਡ ਹੈ ਇਹ ਕੋਡ ਤੁਸੀਂ ਦੇਖ ਸਕਦੇ ਹੋ ਇਸ ਨੂੰ ਕਲਿੱਕ ਕਰਕੇ ਵੀ ਤੁਸੀਂ ਡਾਇਰੈਕਟ ਜਿਹੜੀ ਮੀਟਿੰਗ ਅਟੈਂਡ ਕਰ ਸਕਦੇ ਹੋ ਅ ਸੈਕੰਡ ਮੈਥਡ ਆ ਇਹਦੇ ਥਰੂ ਇਹ ਸੈਕੰਡ ਮੈਥਡ ਦੇ ਥਰੂ ਅ ਨੇਮ ਤੁਸੀਂ ਮੈਂਸ਼ਨ ਕਰਨਾ ਇੱਥੇ ਨੇਮ ਜੋ ਵੀ ਤੁਹਾਡਾ origignal ਨੇਮ ਆ ਮਾਰਕ ਸ਼ੀਟ ਦੇ ਪ੍ਰੋਪਰ ਉਸ ਤੋਂ ਬਾਅਦ ਐਂਡ ਤੇ ਜਿਹੜਾ ਕਿ ਤੁਹਾਨੂੰ ਐਡਮਿਸ਼ਨ ਨੰਬਰ ਜਿਹੜਾ ਕਿ ਐਪਲੀਕੇਸ਼ਨ ਆ ਫਾਰਮ ਨੰਬਰ ਆ ਉਹ ਵੀ ਤੁਸੀਂ ਫਿਲ ਕਰਨਾ ਉਸ ਤੋਂ ਬਾਅਦ ਜੀਮੇਲ ਫਿਲ ਕਰ ਦੇਣੀ ਹੈ ਆਪਣੀ ਜਿਹੜੀ ਕਿ ਤੁਹਾਡੀ ਚਲਦੀ ਹੋਵੇ ਜਿਹੜੀ ਤੁਸੀਂ ਫਿਲ ਕੀਤੀ ਸੀ ਐਪਲੀਕੇਸ਼ਨ ਫਾਰਮ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਦਾ ਆ ਜਾਵੇਗਾ ਤੁਸੀਂ ਨੈਕਸਟ ਕਰਕੇ ਲਾ ਜੋਇਨ ਕਰ ਸਕਦੇ ਹੋ ਇਸ ਤਰ੍ਹਾਂ ਆ ਜਾਵੇਗਾ ਤੇ ਜੋਇਨ ਕਰ ਸਕਦੇ ਹੋ ਸਹੀ 10:00 ਵਜੇ ਦੀ ਜੋਇਨਿੰਗ ਆ ਤੁਸੀਂ ਜੋਇਨ ਕਰ ਸਕਦੇ ਹੋ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਆ ਜਾਵੇਗਾ ਆਪਣੇ ਕੋਲ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਦਾ ਤੁਸੀਂ ਅਲਾਉ ਕਰ ਦਿਓ ਜੋ ਵੀ ਹੈ ਤੇ ਉਸ ਤੋਂ ਬਾਅਦ ਆਪਾਂ ਅਨਮਿਊਟ ਕਦੂ ਕਰਨਾ ਜਾਂ ਮਿਊਟ ਕਦੂ ਕਰਨਾ ਅਨਮਿਊਟ ਉਹਦੋਂ ਕਰਨਾ ਜਦੋਂ ਤੁਹਾਡੀ ਕਲਾਸ ਦਾ ਤੁਹਾਡੀ ਟਰਨ ਦਾ ਟਾਈਮ ਹੋਵੇ ਵੀਡੀਓ ਤੁਸੀਂ ਆਨ ਕਰ ਸਕਦੇ ਹੋ ਫੇਸ ਟੂ ਫੇਸ ਜਦੋਂ ਵੀ ਤੁਹਾਡੀ ਟਰਨ ਆਵੇਗੀ ਤੁਸੀਂ ਆਡੀਓ ਐਂਡ ਵੀਡੀਓ ਵੀ ਆਨ ਕਰ ਲਿਓ ਉਸ ਤੋਂ ਬਾਅਦ ਤੁਸੀਂ ਮੀਟਿੰਗ ਲੀਵ ਕਰਨਾ ਚਾਹੁੰਦੇ ਹੋ ਇੱਥੇ ਕੱਟ ਕਰਕੇ ਲੀਵ ਕਰ ਸਕਦੇ ਹੋ ਆਪਣੀ ਕਲਾਸ ਸਰੀ ਡਿਟੇਲ ਤੁਹਾਡੇ ਨਾਲ ਡਿਸਕਸ ਕਰ ਦਿੱਤੀ ਹੈ ਜੇਕਰ ਕੋਈ ਵੀ ਹਜੇ ਡਾਊਟ ਹੈ ਤਾਂ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ ਜੀਵੀ ਸਟੇਸ਼ਨ ਇੰਸਟਾਗ੍ਰam ਅਕਾਊਂਟ ਤੇ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਅ ਜੇਕਰ ਕੋਈ ਵੀ ਡਾਊਟ ਹੈ ਸਾਨੂੰ ਜੀਵੀ ਸਟੇਸ਼ਨ ਇੰਸਟਾਗ੍ਰam ਅਕਾਊਂਟ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਵੀਡੀਓ ਦੇ ਨੀਚੇ ਤੁਸੀਂ ਕਮੈਂਟ ਕਰ ਸਕਦੇ ਹੋ ਜੋ ਵੀ ਤੁਹਾਡੀ ਇਨਕੁਆਰੀ ਹੋਈ ਹੈ ਸੀ ਅੱਜ ਸ਼ੇਅਰ ਕਰਾਂਗੇ ਕਿਉਂਕਿ ਅੱਜ 2 ਨਵੰਬਰ ਤੱਕ ਚੱਲੇਗੀ ਇਹ ਕਾਉਂਸਲਿੰਗ ਉਸ ਤੋਂ ਬਾਅਦ ਜੇਕਰ ਤੁਹਾਨੂੰ ਉਹੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ